ਬਾਬਾ ਸਾਹਿਬ ਡਾਕਟਰ ਅੰਬੇਡਕਰ ਅਮਰ ਹੈ, ਅਮਰ ਹੈ, ਅਮਰ ਹੈ। ਬਾਬਾ ਸਾਹਿਬ ਕਾ ਦੂਸਰਾ ਨਾਮ ਕਾਸ਼ੀ ਰਾਮ, ਕਾਸ਼ੀ ਰਾਮ। ਬਹਿਣ ਦੀ ਸੰਘਰਸ਼ ਕਰੋ, ਬਹਿਣ ਦੀ ਸੰਘਰਸ਼ ਕਰੋ। ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ। ਸਰਦਾਰ ਜਸਵੀਰ ਸਿੰਘ ਜੀ ਗੜੀ। ਹੈਲੋ 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 ਹੈਲੋ। ਸਨਮਾਨਿਤ ਸਾਥੀਓ, BBF ਕੇ ਸਾਥੀ ਬਤਾਨੇ ਕਾ ਕਾਮ ਕਰੇ। ਪਿੱਛੇ ਤੱਕ ਆਵਾਜ਼ ਪਹੁੰਚ ਰਹੀ ਹੈ? ਸਨਮਾਨਿਤ ਸਾਥੀਓ, ਪਿੱਛੇ ਆਵਾਜ਼ ਜਾ ਰਹੀ ਹੈ? ਹੱਥ ਉਠਾ ਕਰ ਬਤਾਏ, ਹੱਥ ਉਠਾ ਕਰ ਬਤਾਏ, ਆਵਾਜ਼ ਜਾ ਰਹੀ ਹੈ? ਆਵਾਜ਼ ਜਾ ਰਹੀ ਹੈ ਪਿੱਛੇ ਤੱਕ? ਪਿੱਛੇ ਆਵਾਜ਼ ਆ ਰਹੀ ਹੈ? ਹੱਥ ਉਠਾ ਕਰ ਬਤਾਏ, ਹੱਥ ਉਠਾ ਕਰ। ਪਿੱਛੇ ਜੋ ਲਾਈਨ ਮੈਂ ਖੜੇ ਹੈ, ਹੱਥ ਉਠਾ ਕਰ ਬਤਾਏ ਆਵਾਜ਼। ਪਿੱਛੇ ਕੇ ਹੋਰਨ ਚੈੱਕ ਕਰੋ ਬਈ, ਸਾਊਂਡ ਵਾਲੇ ਸਨਮਾਨਿਤ ਸਾਥੀ, ਸਾਊਂਡ ਵਾਲੇ ਪਿੱਛੇ ਕੇ ਹੋਰਨ ਚੈੱਕ ਕਰੋ। ਲੋਕ ਸਭਾ ਦੀਆਂ ਚੋਣਾਂ ਦੀ ਜੰਗ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਵਿੱਚ ਗੁਲਾਮ ਬਣਾ ਕੇ ਰੱਖਿਆ ਬਹੁਜਨ ਸਮਾਜ, ਮੈਦਾਨੇ ਜੰਗ ਜੋਸ਼ੋ ਹਰੋਸ਼ ਨਾਲ ਇਕੱਠਾ ਹੋਇਆ। ਬਾਬਾ ਸਾਹਿਬ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਨੂੰ ਯਾਦ ਕਰਕੇ ਬੁਲੰਦ ਕਰੀਏ ਆਪਣੀ ਆਵਾਜ਼। ਜੈ ਭੀਮ, ਜੈ ਭੀਮ। ਜਿੱਤੂਗਾ ਬਈ, ਜਿੱਤੂਗਾ, ਜਿੱਤੂਗਾ ਬਈ, ਜਿੱਤੂਗਾ। BSP ਕੇ ਵਾਸਤੇ, BSP ਕੇ ਵਾਸਤੇ। ਇਸ ਯੁੱਧ ਦੇ ਵਿੱਚ, ਇਸ ਜੰਗ ਦੇ ਵਿੱਚ ਸਾਡੀ ਸੈਨਾਪਤੀ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ, ਉੱਤਰ ਪ੍ਰਦੇਸ਼ ਦੇ ਚਾਰ ਚਾਰ ਵਾਰ ਰਹੇ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਯਾਦ ਕਰੀਏ, ਆਪਣੇ ਸੈਨਾਪਤੀ ਨੂੰ ਯਾਦ ਕਰੀਏ, ਜਿਹੜੇ ਚੰਦ ਮਿੰਟਾਂ ਦੇ ਵਿੱਚ ਹੈਲੀਕਾਪਟਰ ਨਾਲ ਸਾਡੇ ਵਿੱਚ ਪੁੱਜਣ ਲੱਗੇ ਆ। ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ। ਇੱਕ ਸੁਰ ਦੇ ਵਿੱਚ ਆਵਾਜ਼ ਆਵੇ, ਭੈਣ ਕੁਮਾਰੀ ਮਾਇਆਵਤੀ ਜੀ ਅੱਗੇ ਵੜੋ, ਭੈਣ ਕੁਮਾਰੀ ਮਾਇਆਵਤੀ ਜੀ ਅੱਗੇ ਵੜੋ। ਸਤਿਕਾਰਯੋਗ ਸਾਥੀਓ, ਅਸੀਂ ਪੰਜਾਬ ਦੇ ਬਹੁਜਨ ਸਮਾਜ ਦੇ ਲੋਕ ਹੈ, ਹਜ਼ਾਰਾਂ ਸਾਲਾਂ ਤੋਂ ਬਹੁਜਨ ਸਮਾਜ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਦਬਾ ਕੇ ਰੱਖਿਆ ਗਿਆ। ਬਹੁਜਨ ਸਮਾਜ ਨੂੰ ਸਮਾਜਿਕ ਤੌਰ ਤੇ ਛੋਟੀਆਂ ਜਾਤਾਂ ਘੋਸ਼ਿਤ ਕੀਤਾ ਗਿਆ। ਅੱਜ ਵੀ ਇਹ ਵਰਤਾਰਾ ਬਾਦ ਦਸਤੂਰ ਜਾਰੀ ਆ। ਯਾਦ ਕਰੋ, ਪਿਛਲੇ 2 ਸਾਲ ਪਹਿਲਾਂ ਬਸਪਾ ਦਾ ਗੱਠਜੋੜ ਸੀ, ਸ਼੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਬਹੁਜਨ ਸਮਾਜ ਪਾਰਟੀ ਦਾ ਹਾਥੀ ਲੜ ਰਿਹਾ ਸੀ। ਕਾਂਗਰਸ ਨੇ ਕਿਹਾ ਸੀ, ਇਹ ਸੀਟਾਂ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਕਿਉਂ ਦੇ ਦਿੱਤੀਆਂ,
ਇਹ ਪਵਿੱਤਰ ਅਤੇ ਪੰਥਕ ਸੀਟਾਂ ਦਲਿਤਾਂ ਨੂੰ ਕਿਉਂ ਦੇ ਦਿੱਤੀਆਂ? ਸਤਿਕਾਰਯੋਗ ਸਾਥੀਓ, ਪੰਜਾਬ ਦੇ ਵਿੱਚ ਬਹੁਜਨ ਸਮਾਜ ਨਾਲ ਗਾਲੀ ਗਲੋਚ ਹੋ ਰਿਹਾ ਆ, ਬਹੁਜਨ ਸਮਾਜ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਆ। ਯਾਦ ਕਰੋ, ਜਦੋਂ ਕਾਂਗਰਸ ਹਾਰੀ ਪੰਜਾਬ ਦੇ ਵਿੱਚ, ਕਾਂਗਰਸ ਨੂੰ ਪੁੱਛਿਆ ਕਾਂਗਰਸ ਕਿਉਂ ਹਾਰੀ, ਕਾਂਗਰਸ ਨੇ ਉੱਤਰ ਦਿੱਤਾ ਪੈਰਾਂ ਦੀਆਂ ਜੁੱਤੀਆਂ ਸਿਰ 'ਤੇ ਬਿਠਾ ਲਈਆਂ ਤਾਂ ਹਾਰੀ। ਯਾਦ ਹੈ ਕਿ ਨਹੀਂ ਯਾਦ? ਬਦਲਾ ਲੈਣ ਦਾ ਮੌਕਾ ਆ ਗਿਆ ਕਿ ਨਹੀਂ ਆ ਗਿਆ? ਕਾਂਗਰਸ ਜਿਹੜੀ ਦਲਿਤਾਂ ਅਤੇ ਪਛੜੇ ਵਰਗਾਂ ਨਾਲ ਗਾਲੀ ਗਲੋਚ ਕਰਦੀ ਆ, ਆਮ ਆਦਮੀ ਪਾਰਟੀ ਵੀ ਘੱਟ ਨਹੀਂ ਗੁਜ਼ਾਰਦੀ। 178 ਲਾ ਅਫਸਰਾਂ ਦੀਆਂ ਪੋਸਟਾਂ ਨਿਕਲੀਆਂ, ਇੱਕ ਵੀ ਦਲਿਤ ਨਹੀਂ ਰੱਖਿਆ, ਇੱਕ ਵੀ ਪਛੜਾ ਨਹੀਂ ਰੱਖਿਆ। BSP ਦਾ ਹਾਥੀ ਸੜਕਾਂ 'ਤੇ ਉਤਰਿਆ, ਕਟਹਿਰੇ ਵਿੱਚ ਖੜਾ ਕੀਤਾ ਝਾੜੂ ਵਾਲਿਆਂ ਨੂੰ, ਝਾੜੂ ਵਾਲਿਆਂ ਨੇ ਹਾਈਕੋਰਟ ਦੇ ਵਿੱਚ ਉੱਤਰ ਦਿੱਤਾ, ਦਲਿਤ ਅਤੇ ਪਛੜੇ ਵਰਗਾਂ ਨੂੰ ਨਲਾਇਕ ਦੱਸਿਆ ਸਰਕਾਰੀ ਕਾਗਜ਼ 'ਤੇ ਮੋਹਰ ਲਾ ਕੇ। ਝਾੜੂ ਵਾਲਿਆਂ ਨੇ, ਝਾੜੂ ਵਾਲਿਆਂ ਦਾ ਉਮੀਦਵਾਰ ਖਡੂਰ ਸਾਹਿਬ ਤੋਂ ਰਾਮਗੜੀਆ ਅਤੇ ਸੁਨਿਆਰਾ ਭਾਈਚਾਰੇ ਨੂੰ ਗਾਲਾਂ ਕੱਢ ਰਿਹਾ। ਯਾਦ ਹੈ ਕਿ ਨਹੀਂ ਯਾਦ? ਝਾੜੂ ਵਾਲਿਆਂ ਨੂੰ ਵੀ ਸਬਕ ਸਿਖਾਉਣਾ ਕਿ ਨਹੀਂ ਸਿਖਾਉਣਾ? ਇੱਕ ਪਾਸੇ ਭੈਣ ਕੁਮਾਰੀ ਮਾਇਆਵਤੀ ਦਾ ਰਾਜ ਹੈ, ਜਿਹੜੇ ਨੇ ਬਹੁਜਨ ਸਮਾਜ ਨੂੰ ਇਮਾਨ ਸਨਮਾਨ ਨਹੀਂ ਦਿੱਤਾ, ਨਾਲ ਦੀ ਨਾਲ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਨੂੰ ਵੀ ਮਾਣ ਸਨਮਾਨ ਦਿੱਤਾ। ਗੁਰੂ ਰਵਿਦਾਸ ਮਹਾਰਾਜ ਨੂੰ ਪੂਰੀ ਦੁਨੀਆ ਮੰਨਦੀ ਆ, ਅੱਜ ਤੱਕ ਮਾਣ ਸਨਮਾਨ ਕਿਸੇ ਸਰਕਾਰ ਨੇ ਨਹੀਂ ਦਿੱਤਾ। ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ, ਭੈਣ ਕੁਮਾਰੀ ਮਾਇਆਵਤੀ ਜੀ ਨੇ ਗੁਰੂ ਰਵਿਦਾਸ ਨਗਰ ਜ਼ਿਲ੍ਹਾ ਬਣਾਇਆ, ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਅੰਬੇਡਕਰ ਨਗਰ ਜ਼ਿਲ੍ਹਾ ਬਣਾਇਆ, ਜੋਤੀਬਾ ਫੂਲੇ ਨਗਰ ਜ਼ਿਲ੍ਹਾ ਬਣਾਇਆ, ਗੌਤਮ ਬੁੱਧਾ ਨਗਰ ਜ਼ਿਲ੍ਹਾ ਬਣਾਇਆ। ਆ ਤੁਸੀਂ ਖਰਾਲਗੜ੍ਹ ਸਾਹਿਬ ਜਾਂਦੇ ਆ, ਗੁਰੂ ਰਵਿਦਾਸ ਮਹਾਰਾਜ ਨੂੰ ਨਮਨ ਹੋਣ ਜਾਂਦੇ ਆ, ਅੱਜ ਤੱਕ ਵੀ ਸੜਕਾਂ ਨਹੀਂ ਬਣੀਆਂ ਉੱਥੋਂ ਦੀਆਂ, ਨਾ ਕਾਂਗਰਸ ਨੇ ਬਣਾਈਆਂ, ਨਾ ਝਾੜੂ ਵਾਲਿਆਂ ਨੇ ਬਣਾਈਆਂ। ਅੱਜ ਵੀ ਜਦੋਂ ਸੰਗਤ ਜਾਂਦੀ ਆ, ਕਦੇ ਟਰੱਕ ਪਲਟ ਗਿਆ, ਕਦੇ ਟਰਾਲੀ ਅਤੇ ਕਦੇ ਪਿਕਅਪ ਖੱਡ ਵਿੱਚ ਡਿੱਗ ਪਈ। ਇਸ ਸਾਲ 14 ਰਵਿਦਾਸੀਏ ਮਰੇ, ਪਿਛਲੇ ਸਾਲ 18 ਰਵਿਦਾਸੀਏ ਮਰੇ। ਸਰਕਾਰ ਨੇ ਦੁੱਕੀ ਦਾ ਵੀ ਗਰੀਬਾਂ ਨੂੰ ਸਹਿਯੋਗ ਨਹੀਂ ਕੀਤਾ। ਸਰਕਾਰ ਡਰਾਮਾ ਕਰਦੀ ਆ, ਜਦ ਬਾਕੀਆਂ ਦੇ ਲਈ 1 ਕਰੋੜ ਦਾ ਚੈੱਕ ਲੈ ਕੇ ਘਰ ਪੁੱਜ ਸਕਦੀ ਆ, ਤਾਂ ਗੁਰੂ ਰਵਿਦਾਸ ਨੂੰ ਮੰਨਣ ਵਾਲਿਆਂ ਦੇ 1 ਦੁੱਕੀ ਵੀ ਲੈ ਕੇ ਪੁੱਜਦੀ ਨਹੀਂ। ਸਤਿਕਾਰਯੋਗ ਸਾਥੀਓ, ਇਸੇ ਹੀ ਤਰ੍ਹਾਂ ਦਸ਼ਮੇਸ਼ ਪਿਤਾ ਦੇ ਦਰ ਨੂੰ ਸੜਕ ਜਾਂਦੀ ਆ, ਬੰਗਾ ਗੜ੍ਹ ਸ਼ੰਕਰ ਪੋਜੇ ਵਾਲ ਝੱਜ ਚੌਂਕ ਤੇ ਆਨੰਦਪੁਰ ਸਾਹਿਬ, ਅੱਜ ਤੱਕ ਵੀ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਸੜਕ ਵੀ ਬਣਾਈ ਨਾ। ਪੰਥ ਦੇ ਠੇਕੇਦਾਰਾਂ ਦੀਆਂ ਸਰਕਾਰਾਂ ਰਹੀਆਂ, ਲੇਕਿਨ ਪੰਥ ਦੇ ਪਿਤਾ ਦਸ਼ਮੇਸ਼ ਪਿਤਾ ਦੀ ਵੀ ਸੜਕ ਨਾ ਬਣੀ ਇਹਨਾਂ ਕੋਲੋਂ। ਇਸੇ ਤਰ੍ਹਾਂ ਸਤਿਕਾਰਯੋਗ ਸਾਥੀਓ, ਪਿੰਡ ਪਿੰਡ ਨਰੇਗਾ ਮਜ਼ਦੂਰ ਹੈ, ਨਰੇਗਾ ਮਜ਼ਦੂਰ 100 ਦਿਨ ਦਾ ਰੁਜ਼ਗਾਰ ਸਰਕਾਰ ਦਿੰਦੀ ਆ, ਪਿਛਲੇ 20 ਸਾਲਾਂ ਤੋਂ ਦੇਣ ਦਾ ਡਰਾਮਾ ਕਰਦੀ ਆ। ਇਹ 100 ਦਿਨ 365 ਦਿਨ ਕਿਉਂ ਨਹੀਂ ਕੀਤੇ ਗਏ ਮਜ਼ਦੂਰ ਦੇ? ਮਜ਼ਦੂਰ ਨੂੰ ਦਿਹਾੜੀ ਮਿਲਦੀ 250-300 ਵੀ ਪੂਰੀ ਨਹੀਂ ਮਿਲਦੀ, ਨਰੇਗਾ ਮਜ਼ਦੂਰ ਦੀ ਦਿਹਾੜੀ 500 ਅਤੇ 700 ਅੱਜ ਤੱਕ ਵੀ ਸਰਕਾਰ ਕਰ ਨਾ ਸਕੀ। ਸਰਕਾਰ
ਨਰੇਗਾ ਮਜ਼ਦੂਰ ਤੇ ਕੈਮਰਾ ਲਾ ਕੇ ਬੈਠੀ ਆ। ਕੈਮਰਾ ਲੱਗਦਾ ਮਜ਼ਦੂਰ ਜਿਹੜਾ ਰੰਬਾ ਲੈ ਕੇ ਬੈਠਾ, ਖੁਰਪਾ ਲੈ ਕੇ ਬੈਠਾ, ਟੋਕਰਾ ਗੰਦ ਦਾ ਲੈ ਕੇ ਬੈਠਾ। ਸਰਕਾਰ ਨੇ ਕੈਮਰਾ ਲਾਇਆ ਉਹਦੇ ਤੇ, ਸਰਕਾਰ ਨੇ ਕੈਮਰਾ ਲਾਇਆ ਮਜ਼ਦੂਰ ਤੇ ਲਾਇਆ। ਇਸ ਦੇਸ਼ ਦੇ ਟਾਟਾ ਅੰਬਾਨੀ ਤੇ ਕੈਮਰਾ ਨਹੀਂ ਲਾਇਆ, ਇਸ ਦੇਸ਼ ਦੇ ਚੰਦੂ ਮਾਜਰੇ ਤੇ ਕੈਮਰਾ ਨਹੀਂ ਲਾਇਆ, ਇਸ ਦੇਸ਼ ਦੇ ਸਿੰਗਲੇ ਤੇ ਕੈਮਰਾ ਨਹੀਂ ਲਾਇਆ, ਇਸ ਦੇਸ਼ ਦੇ ਮਾਲਵਿੰਦਰ ਕੰਗ ਤੇ ਕੈਮਰਾ ਨਹੀਂ ਲਾਇਆ, ਲੇਕਿਨ ਮਜ਼ਦੂਰ ਤੇ ਕੈਮਰਾ ਲਾਇਆ। ਕਰੂਰਾ ਕਰਨ ਲਈ ਵੀ ਮਜ਼ਦੂਰ ਤੇ ਕੈਮਰਾ ਲਾਤਾ, ਇਸ ਤੋਂ ਵੱਡਾ ਮਾੜਾ ਦਿਨ ਮਜ਼ਦੂਰਾਂ ਲਈ ਕਿਆ ਹੋ ਸਕਦਾ ਆ। ਸਤਿਕਾਰਯੋਗ ਪੰਜਾਬੀਓ, ਬੰਦੀ ਸਿੱਖਾਂ ਦੀ ਲੜਾਈ ਚੱਲ ਰਹੀ ਪੰਜਾਬ 'ਚ। ਉਹ ਕਦੀ ਸੁਣਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਭੈਣ ਕੁਮਾਰੀ ਮਾਇਆਵਤੀ ਦਾ ਰਾਜ ਸੀ ਉੱਤਰ ਪ੍ਰਦੇਸ਼ ਦੇ ਵਿੱਚ, ਜਿਹੜਾ ਸਜ਼ਾ ਪੂਰੀ ਕਰ ਚੁੱਕੇ 3 ਕੈਦੀ ਬੰਦੀ ਸਿੱਖਾਂ ਦੇ ਭੈਣ ਮਾਇਆਵਤੀ ਦੇ ਹੁਕਮਾਂ ਨਾਲ ਛੱਡੇ ਗਏ ਸੀ। ਉਹਨਾਂ ਵਿੱਚ ਇੱਕ ਦਾ ਨਾਂ ਸੀ ਸੋਮਨਾਥ ਸਿੰਘ, ਔਰ ਅੱਜ ਵੀ ਉਹ ਜਿੰਦਾ ਆ। ਜਦੋਂ ਬਸਪਾ ਵਿਧਾਇਕ ਨੇ ਵਿਧਾਨ ਸਭਾ ਵਿੱਚ ਉਹ ਗੱਲ ਰੱਖੀ, ਉਹ ਸੋਮਨਾਥ ਸਿੰਘ ਬੰਦੀ ਸਿੰਘ ਜਿਹੜਾ ਭੈਣ ਮਾਇਆਵਤੀ ਦੇ ਦਸਕਤਾਂ ਨਾਲ ਛੁੱਟਿਆ ਸੀ, ਉਹ MLA ਡਾਕਟਰ ਨਛੱਤਰਪਾਲ ਨਾਲ ਮੁਲਾਕਾਤ ਕਰਕੇ ਗਿਆ। ਪੰਜਾਬ ਦੇ ਵਿੱਚ ਜੇ ਕੋਈ ਪੰਥ ਦੀ ਗੱਲ ਕਰ ਸਕਦਾ, ਜੇ ਦਲਿਤ ਰਹਿਬਰ ਗੁਰੂਆਂ ਮਹਾਂਪੁਰਸ਼ਾਂ ਦੀ ਕੋਈ ਗੱਲ ਕਰ ਸਕਦਾ, ਗਰੀਬ ਵਿਦਿਆਰਥੀਆਂ ਦੀ ਕੋਈ ਗੱਲ ਕਰ ਸਕਦਾ, ਤਾਂ ਬਹੁਜਨ ਸਮਾਜ ਪਾਰਟੀ ਕਰ ਸਕਦੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 5 ਸਾਲ 5 ਲੱਖ ਬੱਚਾ ਪੜ੍ਹਦਾ ਸੀ, ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ, ਅੱਜ ਘੱਟ ਕੇ 1 ਲੱਖ ਬੱਚਾ ਰਹਿ ਗਿਆ। ਡਿਗਰੀਆਂ ਰੋਕੀਆਂ ਜਾਂਦੀਆਂ, ਛਡਾਉਣ ਲਈ ਲੜਾਈ ਲੜਨੀ ਪੈਂਦੀ। ਦਾਖਲਾ ਗਰੀਬ ਵਿਦਿਆਰਥੀਆਂ ਦਾ ਹੋਵੇ, ਲੜਾਈ ਹਾਥੀ ਵਾਲਿਆਂ ਨੂੰ ਲੜਨੀ ਪੈਂਦੀ ਆ। ਇਹ ਵੱਡੇ ਜ਼ੋਰਾਵਰ ਕਿਤੇ ਲੱਭਦੇ ਨਹੀਂ। ਸਤਿਕਾਰਯੋਗ ਪੰਜਾਬੀਓ, ਪੰਜਾਬ ਦਾ ਖਜ਼ਾਨਾ ਜਾ ਰਿਹਾ ਦੂਜੇ ਸੂਬਿਆਂ ਦੇ ਵਿੱਚ। ਏਅਰਪੋਰਟ, ਸਾਰਾ ਪੰਜਾਬ ਸਾਡਾ ਦਿਹਾੜੀ ਕਰਨ ਜਾਂਦਾ, ਕੋਈ ਦੁਬਈ ਜਾਂਦਾ, ਕੋਈ ਮਸਕਟ, ਕੋਈ ਇੰਗਲੈਂਡ, ਅਮਰੀਕਾ, ਯੂਰਪ, ਪੰਜਾਬ ਦੇ ਵਿਦਿਆਰਥੀ ਪੜ੍ਹਨ ਜਾਂਦੇ ਆ। ਕਰੋੜਾਂ ਰੁਪਈਏ ਦਾ ਪੈਟਰੋਲ ਪੰਜਾਬੀਆਂ ਦਾ ਟੈਕਸੀਆਂ ਔਰ ਤੇਲਾਂ 'ਚ ਫੂਕਿਆ ਜਾ ਰਿਹਾ, ਕਰੋੜਾਂ ਰੁਪਈਆ ਦਾ ਪੰਜਾਬੀਆਂ ਦਾ ਟੋਲ ਟੈਕਸ ਨਾਲ ਦੇ ਸੂਬਿਆਂ ਦੇ ਵਿੱਚ ਜਾ ਰਿਹਾ, ਕਰੋੜਾਂ ਰੁਪਈਆਂ ਦੀ ਪਾਰਕਿੰਗ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਜਾ ਰਹੀ ਆ। ਮਾਂ ਪਿਓ ਬੱਚੇ ਨੂੰ ਛੱਡਦੇ ਆ, ਰੋਂਦੇ ਆ, ਜੱਫੀਆਂ ਪਾਉਂਦੇ ਆ। ਏਅਰਪੋਰਟ ਟਰਮੀਨਲ 3 ਤੇ ਮੇਲਾ ਕਿਹਨਾਂ ਦਾ ਲੱਗਦਾ, ਕਿਹੜੇ ਸੂਬੇ ਦੇ ਲੋਕ ਹੁੰਦੇ ਆ ਉਹ ਲੋਕੋ? ਉੱਥੇ ਪੱਗਾਂ ਚੁੰਨੀਆਂ ਰੋਂਦੀਆਂ ਹੁੰਦੀਆਂ, ਪੱਗਾਂ ਚੁੰਨੀਆਂ ਧੀ ਪੁੱਤ ਨੂੰ ਜੱਫੀਆਂ ਪਾ ਕੇ ਕਲਾਵੇ 'ਚ ਰੋਂਦੀਆਂ ਹੁੰਦੀਆਂ। ਕਿਸੇ ਨੇ ਪੰਜਾਬੀਆਂ ਦੀ ਬਾਂਹ ਨਾ ਫੜੀ। ਅੱਜ ਮੌਕਾ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਅਸਲੀ ਨੁਮਾਇੰਦਗੀ ਕਰਦੀ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰੀਏ। ਇਹ ਮਾੜੀ ਏਅਰਪੋਰਟ ਨੂੰ ਇੰਟਰਨੈਸ਼ਨਲ ਏਅਰਪੋਰਟ ਬਣਾ ਦੇਵਾਂਗੇ। ਜਦੋਂ ਵਾਪਸ ਮੁੜਦੇ ਦਿੱਲੀ ਤੋਂ, ਕਰੋੜਾਂ ਪੰਜਾਬੀਆਂ 'ਤੇ ਡਾਕਾ ਵੱਜਦਾ ਮੁਰਥਲ ਢਾਬਿਆਂ ਦੇ ਉੱਤੇ। ਉਹ ਢਾਬੇ ਤੁਹਾਡੇ ਖੁੱਲਣਗੇ, ਆਹ ਮਹਾਲੋ ਵਾਲਿਆਂ ਦਾ ਢਾਬਾ, ਆਹ ਲੰਗੜੋਏ ਵਾਲਿਆਂ ਦਾ ਢਾਬਾ, ਆਹ ਰਾਹੋਂ ਵਾਲਿਆਂ ਦਾ ਢਾਬਾ, ਆਹ ਗੜੀ ਵਾਲਿਆਂ ਦਾ ਢਾਬਾ, ਆਹ ਰੋਪੜ ਵਾਲਿਆਂ ਦਾ ਢਾਬਾ। ਇਹ ਢਾਬੇ ਕਰੋੜਾਂ ਤੁਹਾਡੀ ਜੇਬ ਵਿੱਚ ਆਉਣਗੇ। ਪਰ ਤੁਹਾਨੂੰ ਚੱਜ ਦੇ ਮੈਂਬਰ ਪਾਰਲੀਮੈਂਟ, ਬਹੁਜਨ ਸਮਾਜ ਪਾਰਟੀ ਨੇ ਜੋ ਉਮੀਦਵਾਰ ਖੜ੍ਹੇ ਕੀਤੇ ਆ, ਤੁਹਾਡੇ ਹੱਕ ਦੀ ਗੱਲ ਕਰ ਸਕਦੇ ਆ। ਅੱਜ ਦੇ ਦਿਨ ਮੈਂ ਤੁਹਾਨੂੰ ਕਹਿਣਾ ਚਾਹਨਾ, ਜਿੱਦਾਂ ਦਲਿਤ ਪਛੜੇ ਵਰਗਾਂ ਨੂੰ ਪੰਜਾਬ 'ਚ ਕੁਚਲਿਆ ਜਾ ਰਿਹਾ, ਝਾੜੂ ਵਾਲਿਆਂ ਦੀ ਸਰਕਾਰ ਆਈ, 25 ਮਹੀਨੇ ਹੋ ਗਏ, ਦਲਿਤ 'ਤੇ ਜ਼ੁਲਮ ਹੁੰਦਾ ਉਹ ਪੁਲਿਸ ਥਾਣੇ ਜਾਂਦਾ, ਦਲਿਤ 'ਤੇ ਜ਼ੁਲਮ ਹੁੰਦਾ
ਉਹ ਪੁਲਿਸ ਜਾਣੇ ਜਾਂਦਾ, ਪੁਲਿਸ ਸੁਣਵਾਈ ਨਹੀਂ ਕਰਦੀ ਤਾਂ ਅਨੁਸੂਚਿਤ ਜਾਤੀਆਂ ਦੇ ਲੋਕ ਐਸੀ ਕਮਿਸ਼ਨ ਕੋਲ ਜਾਂਦੇ ਆ। ਲੇਕਿਨ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜਾ ਮਸ਼ਕਰੀਆਂ ਦੀਆਂ ਗੱਲਾਂ ਕਰਦਾ ਆ ਅਤੇ ਸਾਡੇ ਵਾਲੇ ਸੁਣਦੇ ਆ, ਸਾਡੇ ਵਾਲੇ ਸੁਣਦੇ ਆ। ਭਗਵੰਤ ਮਾਨ ਦੀ ਝਾੜੂ ਪਾਰਟੀ ਨੇ ਪਿਛਲੇ 25 ਮਹੀਨਿਆਂ 'ਚ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ, ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ। 10 ਮੈਂਬਰ ਹੁੰਦੇ ਸੀ ਚੇਅਰਮੈਨੀ ਦੇ ਕਮਿਸ਼ਨ ਦੇ, ਘਟਾ ਕੇ 5 ਕਰ ਦਿੱਤੇ। 6 ਸਾਲ ਦੀ ਟਰਮ ਹੁੰਦੀ ਸੀ, ਘਟਾ ਕੇ 3 ਸਾਲ ਦੀ ਕਰ ਦਿੱਤੀ। 25 ਸਾਲਾਂ ਵਿੱਚ ਐਸੀ ਕਮਿਸ਼ਨ ਦਾ ਨਾ ਪੰਜਾਬ 'ਚ ਚੇਅਰਮੈਨ ਲੱਭਦਾ, ਨਾ ਕੋਈ ਮੈਂਬਰ ਲੱਭਦਾ। ਪੰਜਾਬ ਦੇ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਝਾੜੂ ਅਤੇ ਕਾਂਗਰਸ ਦੀ ਸਰਕਾਰ ਕੁਚਲ ਕੇ ਰੱਖਣਾ ਚਾਹੁੰਦੀ ਆ, ਦਬਾ ਕੇ ਰੱਖਣਾ ਚਾਹੁੰਦੀ ਆ। ਬਹੁਜਨ ਸਮਾਜ ਪਾਰਟੀ ਕਾਂਗਰਸ ਅਤੇ ਝਾੜੂ ਵਾਲਿਆਂ ਦੇ ਹਿੱਕ ਵਿੱਚ ਵੱਜਣਾ ਚਾਹੁੰਦੀ ਆ। ਦੱਸੋ ਕਿਆ ਫੈਸਲਾ ਤੁਹਾਡਾ? ਕਾਂਗਰਸ, ਕਾਂਗਰਸ ਤੁਸੀਂ ਦੇਖਿਆ, ਦਲਿਤਾਂ ਨੂੰ ਛੱਡੋ, ਪਛੜਿਆਂ ਨੂੰ ਛੱਡੋ, ਇਹ ਤਾਂ ਬਜ਼ੁਰਗਾਂ ਨਾਲ ਵੀ ਮਸ਼ਕਰੀਆਂ ਅਤੇ ਗਾਲੀ ਗਲੋਚ ਕਰਨ ਤੋਂ ਹਟਦੇ ਨਹੀਂ। ਤੁਸੀਂ ਦੇਖਿਆ ਜਲੰਧਰ ਵਿੱਚ ਕਾਂਗਰਸ 70 ਸਾਲ ਦੀ ਬਜ਼ੁਰਗ ਦੀ ਠੋਡੀ ਨੂੰ ਹੱਥ ਲਾਉਂਦਾ ਆ, ਜਿਹਦੇ ਗੋਡੀ ਹੱਥ ਲਾਉਣਾ ਸੀ ਉਹਦੇ ਠੋਡੀ ਨੂੰ ਹੱਥ ਲਾ ਕੇ ਪਤਾ ਨਹੀਂ ਕੀ ਲੱਭਣ ਡਿਆ ਆ। ਇਸ ਕਰਕੇ ਕਾਂਗਰਸ ਨੂੰ ਜੇ ਚਾਹੁੰਦੇ ਆ ਪੰਜਾਬ 'ਚ ਹਰਾਉਣਾ, ਜੇ ਝਾੜੂ ਨੂੰ ਚਾਹੁੰਦੇ ਆ ਪੰਜਾਬ 'ਚ ਹਰਾਉਣਾ, ਤਾਂ ਸਾਨੂੰ ਆਪਣੇ ਹਾਥੀ ਨੂੰ ਇੱਕ ਇੱਕ ਵੋਟ ਤਕੜਾ ਪਾ ਕੇ ਤਕੜਾ ਕਰਨਾ ਪਏਗਾ। ਸਾਬਕਾ ਸ਼੍ਰੀ ਰਾਮ ਕਹਿੰਦੇ ਸੀ ਆਖਰਲੇ 25 ਦਿਨ ਲਾ ਦਿਓ, ਅੱਜ 5 ਦਿਨ ਬਚੇ ਆ, ਦੱਸੋ ਕਿਆ ਫੈਸਲਾ ਤੁਹਾਡਾ? ਪਿੰਡ ਪਿੰਡ ਗਲੀ ਗਲੀ ਗੱਲ ਲੈ ਕੇ ਜਾਓਗੇ, ਕਿਹੜੀ? ਕਿ ਜਿੱਤੂਗਾ ਵੇ ਜਿੱਤੂਗਾ, ਜਿੱਤੂਗਾ ਵੇ ਜਿੱਤੂਗਾ। ਹਾਥੀ ਪੰਜਾਬ ਦੇ ਵਿੱਚ ਦੋਏ ਪੈਰ ਚੱਕ ਕੇ ਸੁੰਡ ਉੱਪਰ ਨੂੰ ਚੱਕ ਕੇ ਲਲਕਾਰ ਰਿਹਾ, ਤੁਹਾਡੀ ਫੌਜ ਹਾਥੀ ਦੇ ਮਗਰ। ਬੱਚਾ ਬੱਚਾ ਭੀਮ ਕਾ, ਕਾਂਸ਼ੀ ਰਾਮ ਕੀ ਟੀਮ ਕਾ, ਬੱਚਾ ਬੱਚਾ ਮਗਰ ਖੜੇ ਹੋ ਜਾਓ। ਲੋਕ ਸਭਾ ਦੇ ਵਿੱਚ ਜਿੱਤ ਦਾ ਦਮਾਮਾ ਵੱਜਣ ਵਾਲਾ ਆ, ਜਿੱਤ ਦਾ ਨਗਾਰਾ ਵੱਜਣ ਵਾਲਾ ਆ। ਅੱਜ ਦੇ ਦਿਨ ਉਹ ਲੋਕ ਸੂਰਮੇ ਹੋਣਗੇ ਜਿਹੜੇ ਇਸ ਗਰੀਬ ਗੁਰਬੇ ਦੀ ਲੜਾਈ ਪਿੱਛੇ ਖੜੇ ਹੋ ਕੇ ਹਾਥੀ ਨੂੰ ਜਿਤਾਉਣ ਲਈ ਕੰਮ ਕਰਨਗੇ। ਧੰਨਵਾਦ, ਜੈ ਭੀਮ, ਧੰਨਵਾਦ, ਜੈ ਭੀਮ, ਜੈ ਭੀਮ, ਜੈ ਬੋਲੇ ਸੋ ਨਿਹਾਲ।